ਰਾਵੇ ਉਦਾਰ ਗੁਆ
ਲਗਭਗ ਸਾਰਿਆਂ ਨੂੰ ਕੰਠ ਹੈ, ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਦੋਂ ਸਵੇਰੇ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਪ੍ਰਕਾਸ਼ ਹੁੰਦੇ ਨੇ ਤਾਂ ਉਸ ਸਮੇਂ ਜੋ ਸਿੰਘ ਸਾਹਿਬਾਨ ਨਾਲ ਪਾਲਕੀ ਸਾਹਿਬ ਦੇ ਆਉਂਦੇ ਨੇ, ਉਹ ਆ ਕੇ ਗੁਰੂ ਦੇ ਉਸਤ ਬੜੇ ਵੀ ਸਵਈਏ ਪੜ੍ਹੇ ਜਾਂਦੇ ਨੇ, ਪਾਠ ਸਾਹਿਬਾਂ ਦੇ ਸਵਈਆਂ ਵਿੱਚੋਂ, ਅਤੇ ਗੁਰੂ ਸਵਾਰਿਓ ਆਖਰੀ ਸਵਈਆ ਇਹੀ ਪੜ੍ਹਿਆ ਜਾਂਦਾ ਹੈ। ਕਰੋ ਕਿਰਪਾ ਗੁਰੂ ਰਾਮਦਾਸ ਰਾਖੋ ਸ਼ਰਨਾਈ, ਗੁਰੂ ਰਾਮਦਾਸ ਰਾਖੋ ਸ਼ਰਨਾਈ, ਗੁਰੂ ਰਾਮਦਾਸ ਰਾਖੋ ਸ਼ਰਨਾਈ। Thank you.
ਸਰਦਾਰ ਜਸਪਾਲ ਸਿੰਘ ਜੀ ਜੰਦਰ ਸਾਹਿਬ ਉਹਦੇ ਪਰਿਵਾਰ ਵੱਲੋਂ ਬੇਅੰਤ ਮਾਇਆ ਗੁਰੂ ਕੇ ਸ਼ਬਦ ਦਾ ਸਤਿਕਾਰ ਹੋਇਆ ਹੈ। ਵਾਹਿਗੁਰੂ ਜੀ ਇੱਕ ਤੋਂ ਨੇਕ ਚੜ੍ਹਦੀ ਕਲਾ ਹਮਦਾਨੇ ਫਤਿਹ ਦਰੋਂ ਕਰੋਂ ਗੁਰਸਿੱਖੀ ਜੀਵਨ ਖੁਸ਼ੀਆਂ ਬਖਸ਼ ਕਰਨ। ਹੁਣ ਆਪ ਜੀ ਸਨਮੁੱਖ ਭਾਈ ਓਮਪ੍ਰੀਤ ਸਿੰਘ ਜੀ ਉਹਨਾਂ ਜਥਾ ਆਪ ਜੀ ਨੂੰ 8:30 ਵਜੇ ਤੱਕ ਕੀਰਤਨ ਸਰਵਣ ਕਰਵਾਉਣਗੇ, ਨਾਲ ਹੀ ਸਮਾਪਤੀਆਂ ਅਤੇ ਅਰਦਾਸਾਂ ਬੇਨਤੀਆਂ ਹੋਣਗੀਆਂ। ਆਓ ਗੁਰੂ ਸਵਾਰਿਓ ਸਮੇਂ ਦਾ ਲਾਹਾ ਲਈਏ। ਜਿਹੜੀਆਂ ਸੰਗਤਾਂ ਘਰਾਂ 'ਚ ਬੈਠੀਆਂ ਨੇ ਉਹਨਾਂ ਨੂੰ ਬੇਨਤੀ ਹੈ ਭਾਈ ਆਓ ਜਲਦੀ ਜਲਦੀ ਗੁਰੂ ਘਰ ਵਿਖੇ ਪਹੁੰਚੋ। ਤਾਂ ਕਿ ਸਿਆਣੇ ਕਹਿੰਦੇ ਨੇ ਸਮਾਂ ਸਮਾਂ ਨਹੀਂ ਦਿੰਦਾ, ਇਸ ਕਰਕੇ ਸਮੇਂ ਦਾ ਲਾਹਾ ਲਈਏ ਅਤੇ ਗੁਰੂ ਕੇ ਖੁਸ਼ੀਆਂ ਰਹਿਮਤਾਂ ਦੇ ਪਾਤਰ ਬਣੀਏ। ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਾ ਨਾਲ ਝੋਲੀਆਂ ਭਰੀਏ। ਕਰੋ ਰਸਨਾ ਪਵਿੱਤਰ ਬਖਸ਼ੋ ਸ਼ੀਸ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਗੱਲ ਵਿੱਚ ਕਿਆ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ।
जी।
Ram.
Thank you.
ਫਤਿਹ।